ਅਸਲਾਮ ਵਾਲੇਕੁਮ ਦੋਸਤੋ, ਆਪਣਾ ਚੈਨਲ ਪੀ ਕੇ ਅਤੇ ਖੁਸ਼ ਆਮਦੀਦ ਕਹਿੰਦੇ ਸਾਰੇ ਭਰਾਵਾਂ ਨੂੰ। ਦੋਸਤੋ, ਅੱਜ ਮੌਜੂਦ ਹਾਂ ਜੀ ਜੜ੍ਹਾਂ ਵਾਲਾ। ਆਹ ਤੁਸੀਂ ਮੇਰੇ ਸਾਹਮਣੇ ਬਲਾਰਸ ਟਰੈਕਟਰ ਵੇਚਦੇ ਪਏ ਹੋ, ਟਰੈਕਟਰ ਮਾਰਕੀਟ। ਅਤੇ ਤੁਹਾਨੂੰ ਪਤਾ ਅੱਜ ਕੱਲ੍ਹ ਬੰਦੇ ਕਾਫੀ ਜ਼ਿਆਦਾ ਸ਼ੌਕ ਸ਼ੌਕ ਕਰਦੇ ਨੇ, ਵੱਡੇ ਬੂਫੜ ਵਗੈਰਾ ਲਗਵਾਉਂਦੇ ਨੇ ਟਰੈਕਟਰਾਂ ਨੂੰ। ਅਤੇ ਕਾਫੀ ਭਾਈ ਕਹਿ ਰਹੇ ਹੁੰਦੇ ਨੇ ਜੀ ਇਹਦੀ ਡਿਟੇਲ ਵਗੈਰਾ ਦਿਆ ਕਰੋ। ਅਤੇ ਆਹ ਜੀ ਸਾਮਾ ਇਲੈਕਟ੍ਰੋਨਿਕਸ 'ਤੇ ਮੌਜੂਦ ਹਾਂ। ਇੱਥੇ ਜੀ ਸਪੈਸ਼ਲਿਸਟ ਕਰਦੇ ਨੇ ਜੀ ਬੂਫੜ ਵਗੈਰਾ ਤਿਆਰ, ਸਪੀਕਰ ਵਗੈਰਾ। ਅਤੇ ਇਹਦੀ ਤੁਹਾਨੂੰ ਅੱਜ ਦੀ ਮੁਕੰਮਲ ਡਿਟੇਲ ਵਗੈਰਾ ਦਿੰਦੇ ਹਾਂ, ਕੀਮਤਾਂ ਵਗੈਰਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਹਨਾਂ ਕੋਲ ਵੇਖਦੇ ਹਾਂ ਜੀ ਕਿਹੜੀ ਕਿਹੜੀ ਟੇਪ ਹੈ ਅਤੇ ਕਿਹੜੇ ਕਿਹੜੇ ਸਿਸਟਮ ਇਹ ਤਿਆਰ ਕਰਦੇ ਪਏ ਨੇ। ਸਿੰਧੂ ਮੂਸੇ ਵਾਲਾ ਸਿਸਟਮ ਵਗੈਰਾ ਵੀ ਤਿਆਰ ਕਰਦੇ ਨੇ, ਮੁਕੰਮਲ ਡਿਟੇਲ ਵਗੈਰਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ, ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ। ਲਓ ਜੀ ਦੋਸਤੋ, ਭਾਈ ਹੁਣੀ ਸਾਡੇ ਨਾਲ ਮੌਜੂਦ ਨੇ, ਮਜ਼ੀਦ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਭਾਈ, ਕੀ ਹਾਲ? ਠੀਕ ਠਾਕ ਹੋ? ਅਲਹਮਦੁਲਿਲਾ, ਅੱਲਾ ਪਾਕ ਦਾ ਕਰਮ ਭਜਾਨ। ਭਾਈ ਪਹਿਲਾਂ ਤਾਂ ਆਪਣਾ ਤਾਰਫ ਕਰਾ ਦਿਓ, ਆਪਣੀ ਸ਼ੋਪ ਦਾ ਕਿੱਥੇ ਐਡਰੈਸ? ਆਪਣੀ ਦੁਕਾਨ ਦਾ ਨਾਮ ਹੈਗਾ ਉਸਾਮਾ ਇਲੈਕਟ੍ਰੋਨਿਕਸ ਜੀ ਜੀ, ਮੇਨ ਲਾਹੌਰ ਰੋਡ 240 ਮੋੜ ਸਾਡੀ ਦੁਕਾਨ ਹੈ ਜੀ ਜੀ। ਤੇ ਮੇਰਾ ਨਾਮ ਮੁਹੰਮਦ ਉਸਾਮਾ ਹੈ। ਤੇ ਅਲਹਮਦੁਲਿਲਾ ਅਰਸਾ ਤਕਰੀਬਨ 3 ਸਾਲ ਤੋਂ ਇੱਥੇ ਦੁਕਾਨ ਹੈ ਸਾਡੀ ਤੇ ਕੰਮ ਕਰ ਰਹੇ ਹਾਂ। ਅੱਛਾ, ਸਾਨੂੰ ਦਿਖਾਓ ਸਾਡੇ ਵੀਵਰਾਂ ਨੂੰ ਕਿਹੜੀ ਕਿਹੜੀ ਚੀਜ਼ ਤੁਸੀਂ ਆਈਟਮ ਕਿਹੜੀ ਕਿਹੜੀ ਤਿਆਰ ਕਰਦੇ ਪਏ, ਕਿਹੜੀ ਕਿਹੜੀ ਵੈਰਾਈਟੀ ਤੁਹਾਡੇ ਕੋਲ? ਅੱਜ ਕੱਲ ਤੇ ਜ਼ਿਆਦਾਤਰ ਜਿਹੜਾ ਨਾ ਇਹ ਸਿਸਟਮ ਤਿਆਰ ਹੋ ਰਿਹਾ, ਸਿੱਧੂ ਮੂਸੇ ਵਾਲਾ ਸਾਊਂਡ ਸਿਸਟਮ ਇਹਨੂੰ ਕਿਹਾ ਜਾਂਦਾ ਵਾ। ਇਹਦੇ ਵਿੱਚ ਭਾਜਨ ਓਰੀਜਨਲ 12 ਇੰਚ ਦੇ ਸੇਵੇ ਕੰਪਨੀ ਦੇ 2 ਸਪੀਕਰ ਆ। ਇਹ ਸੈਂਟਰ ਵਿੱਚ ਸਬ ਊਫਰ ਲਗਾਇਆ ਗਿਆ ਵਾ, ਠੀਕ ਹੈ। ਔਰ ਇਹ ਨੀਚੇ 4 ਚੈਨਲ ਐਂਪਲੀਫਾਇਰ ਆ, ਨਾਲ ਕੰਸੋਲ ਦੇ ਅੰਦਰ ਟੇਪ ਵੀ ਲਗਾਈ ਆ। ਵਾਟਰ ਪਰੂਫ ਡੱਬਾ ਵਾ, ਗੋਲ ਕੀਤਾ ਇੰਡੀਅਨ ਸਟਾਈਲ ਦੇ ਵਿੱਚ, ਫੁੱਲ ਸਪੈਸ਼ਲ ਅਸਲ 1.5 ਇੰਚੀ ਮੋਟੀ ਸ਼ੀਟ ਲੱਗੀ ਆ, ਉਹਦੇ ਉੱਪਰ ਵਾਟਰ ਪਰੂਫ ਕੱਪੜਾ ਲਗਾਇਆ ਵਾ। ਇਹਦੇ ਵਿੱਚ ਜੋ ਸਮਾਨ ਲੱਗਿਆ ਵਾ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਕਿ ਓਰੀਜਨਲ ਹੋਣ ਦੀ ਨਿਸ਼ਾਨੀ ਵੀ ਪਾਏ ਨਾ। ਇਹ ਦੇਖੋ, ਇਹਦੇ ਵਿੱਚ 12 ਇੰਚ ਦੇ ਓਰੀਜਨਲ ਸੇਵੇ ਕੰਪਨੀ ਦੇ ਸਪੀਕਰ ਹੈਗੇ ਆ, ਠੀਕ ਹੈ। ਓਰੀਜਨਲ ਸਟੈਂਪ ਲੱਗੀ, ਰਜਿਸਟਰਡ ਸੇਵੇ। ਉਸ ਤੋਂ ਬਾਅਦ ਇਹਦੇ ਵਿੱਚ ਭਾਜਨ ਅਸੀਂ ਆਹ ਪਾਇਨੀਅਰ ਦਾ ਸਬ ਊਫਰ ਲਗਾਇਆ ਵਾ, ਪਾਇਨੀਅਰ ਚੈਂਪੀਅਨ ਸੀਰੀਜ਼ ਵਿੱਚ ਅਸਲ ਡਬਲ ਕੋਇਲ ਫੁੱਲ ਭਾਰਾ। ਕਿੰਨੇ ਵਾਟ 'ਚ ਇਹ ਭਾਜਨ? ਪੂਰਾ 1400 ਵਾਟ ਆ। 1400 ਵਾਟ ਦੇ? ਹਾਂਜੀ। ਉਸ ਤੋਂ ਬਾਅਦ ਭਾਜਨ ਇਹਦੇ ਨਾਲ ਅਸੀਂ 4 ਚੈਨਲ ਐਂਪਲੀਫਾਇਰ ਲਗਾਇਆ ਆਡੀਓ ਬੂਸਟ ਦਾ, ਠੀਕ ਹੋ ਗਿਆ। 4 ਚੈਨਲ ਫੁੱਲ ਸਪੈਸ਼ਲ, ਠੀਕ ਹੋ ਗਿਆ। ਉਸ ਤੋਂ ਬਾਅਦ ਇਹਦੇ ਅੰਦਰ ਅਸੀਂ ਯਾਨੀ ਕਿ ਆ ਫੁੱਲ ਸਪੈਸ਼ਲ ਆਪਣੀ ਟੇਪ ਲਗਾਈ ਆ। ਇਹ ਸਾਡੀ ਆਪਣੀ ਹੈਂਡਮੇਡ ਆ, ਬਾਜ਼ਾਰੀ ਨਹੀਂ ਹੈ। ਦੇਖੋ ਨਾ, ਕਿੱਟਾਂ ਵੀ ਸਾਡੇ ਨਾਮ ਦੀ ਆਪਣੀ ਪ੍ਰਿੰਟ ਸ਼ੁਦਾ ਵਾ, ਅਸਲ ਯਾਨੀ ਕਿ ਉਸਾਮਾ ਇਲੈਕਟ੍ਰੋਨਿਕਸ ਦਾ ਆਪਣੇ ਹੱਥ ਨਾਲ ਤਿਆਰ ਕਰਦਾ ਟੇਪ ਆ, ਠੀਕ ਹੋ ਗਿਆ। ਉਸ ਤੋਂ ਇਲਾਵਾ ਅਕਸਰ ਦੋਸਤ 10 ਇੰਚ ਦਾ ਸੈੱਟ ਵੀ ਡਿਮਾਂਡ ਕਰਦੇ ਆ, ਉਹਦੇ ਵਿੱਚ ਅਸੀਂ ਇਹ 10 ਇੰਚ ਦੇ ਓਰੀਜਨਲ ਸੇਵੇ ਕੰਪਨੀ ਦੇ 2 ਸਪੀਕਰ ਦਿਆਂਗੇ ਫਿੱਟ ਕਰਕੇ। ਇਹ ਵਾਟਰਪਰੂਫ ਬੈਫਲ ਹੈ, ਇਹਦੇ ਵਿੱਚ ਫਿੱਟ ਕਰਾਂਗੇ। ਜਿਸ ਤਰ੍ਹਾਂ ਫਿੱਟ ਹੋਇਆ ਨਾ, ਇਹ 12 ਇੰਚ ਦਾ ਵਾ, ਇਹ ਬੈਫਲ ਦੇ ਵਿੱਚ ਫਿੱਟ ਹੋਣਗੇ, ਠੀਕ ਹੈ। ਅਤੇ ਇਹ ਨਾਲ ਫੁੱਲ ਸਪੈਸ਼ਲ ਟੇਪ ਹੋਏਗੀ, A1 ਕੁਆਲਿਟੀ। ਇਹ ਸੈੱਟ ਤੁਹਾਨੂੰ ਮਿਲੇਗਾ ਭਾਅ ਜੀ 10 ਇੰਚ ਦਾ, ₹20,000 ਦਾ ਮੁਕੰਮਲ ਵਾਟਰਪਰੂਫ ਬੈਫਲ ਦੇ ਨਾਲ। ਅਤੇ ਜਿਹੜਾ ਇਹ ਇੰਡੀਅਨ ਸਟਾਈਲ ਦੇ ਵਿੱਚ ਹੈਗਾ, ਇਹ ਮਿਲੇਗਾ ਭਾਅ ਜੀ ₹60,000 ਦਾ, ਫੁੱਲ ਸਪੈਸ਼ਲ ਓਰੀਜਨਲ 1 ਨੰਬਰ ਸਮਾਨ ਲਗਾ ਕੇ। ਅਕਸਰ ਦੋਸਤ ਕਹਿੰਦੇ ਆ ਕਿ ਸਾਨੂੰ ਹੋਰ ਜਗ੍ਹਾ ਤੋਂ ਸਸਤਾ ਵੀ ਮਿਲਦਾ ਵਾ, ਲੇਕਿਨ ਭਾਅ ਜਾਨ ਸਮਾਨ ਦੀ ਕੁਆਲਿਟੀ ਇਹ ਨਹੀਂ ਹੁੰਦੀ ਜੋ ਤੁਹਾਨੂੰ ਦਿਖਾਇਆ ਵਾ। A1 ਕੁਆਲਿਟੀ ਇਨਸ਼ਾਅੱਲਾ ਗਰੰਟੀ ਹੋਏਗੀ ਸਾਡੀ ਆਵਾਜ਼ ਸਾਊਂਡ ਦੀ ਵੀ ਹਰ ਕਿਸਮ ਦੀ। ਕਿੰਨੇ ਸਪੀਕਰ ਇਹ ਕਹਿ ਰਹੇ ਹੋ? ਇਹਦੇ ਵਿੱਚ ਭਾਅ ਜੀ 12 ਇੰਚ ਦੇ ਸਪੀਕਰ ਹੈਗੇ 2, ਇੱਕ ਇਹ ਲੱਗਾ ਵਾ ਤੇ ਇੱਕ ਆਹ ਦੂਸਰੀ ਸਾਈਡ ਤੇ ਲੱਗਾ ਵਾ, ਠੀਕ ਹੋ ਗਿਆ। ਤੇ ਇਸ ਸੈਂਟਰ 'ਚ 12 ਇੰਚ ਦਾ ਪਾਇਨੀਅਰ ਦਾ ਸਬ ਊਫਰ ਲਗਾਇਆ, ਡਬਲ ਕੋਇਲ ਡਬਲ ਮੈਗਨੇਟ, ਠੀਕ ਹੈ। 1400 ਵਾਟ ਹੈ? ਹਾਂਜੀ, 1400 ਵਾਟ, ਠੀਕ ਹੋ ਗਿਆ। ਤੇ ਇਸ ਤੋਂ ਇਲਾਵਾ ਟੇਪਾਂ ਕਿਹੜੀ ਕਿਹੜੀ ਵੈਰਾਈਟੀ ਦੀਆਂ ਪਈਆਂ ਤੁਹਾਡੇ ਕੋਲ? ਟੇਪਾਂ ਸਾਰੀ ਮੁxtਲਿਫ ਵੈਰਾਈਟੀ ਹੈ। ਇਹ ਦੇਖੋ, ਇਹਨੂੰ ਸਟੂਡੀਓ ਟੇਪ ਕਿਹਾ ਜਾਂਦਾ ਵਾ, ਠੀਕ ਹੈ। ਜਿਹਦੇ 10 ਇੰਚ ਦੇ ਜਾਂ 12 ਇੰਚ ਦੇ ਸਪੀਕਰ ਚੱਲਦੇ ਆ। ਉਸ ਤੋਂ ਬਾਅਦ ਇਹ ਮੋਨੋ ਟੇਪ ਆ, ਇਹ ਵੀ ਫੁੱਲ ਸਪੈਸ਼ਲ, ਇਹਦੇ ਵਿੱਚ ਤੁਸੀਂ 8 ਇੰਚ ਦੇ 2 ਸਪੀਕਰ ਚਲਾ ਸਕਦੇ, ਬਿਹਤਰੀਨ ਕੁਆਲਿਟੀ ਨਾਲ ਚੱਲਣਗੇ, ਠੀਕ ਹੈ। ਉਸ ਤੋਂ ਬਾਅਦ ਅਕਸਰ ਦੋਸਤ ਕਹਿੰਦੇ ਅਸੀਂ ਚੋਕ ਵਾਲੀ ਟੇਪ ਲੈਣੀ ਆ, ਚੋਕ ਵਾਲੀ ਟੇਪ ਜਿਹਦੇ ਤੋਂ ਯੂਨਿਟ ਚਲਾਉਣਗੇ ਵੱਡਾ 75 ਵਾਟ ਦਾ 100 ਵਾਟ ਦਾ, ਉਹਦੇ ਵਾਸਤੇ ਇਹ ਫੁੱਲ ਸਪੈਸ਼ਲ ਟੇਪ ਆ, ਠੀਕ ਹੋ ਗਿਆ। ਆਪ ਹੀ ਤਿਆਰ ਕਰਦੇ ਹੋ? ਹਾਂਜੀ, ਅਲਹਮਦੁਲਿਲਾ ਅਸੀਂ ਖੁਦ ਤਿਆਰ ਕਰਦੇ ਹਾਂ, ਠੀਕ ਹੋ ਗਿਆ।
ਅੱਛਾ ਤੇ ਇਹਦੇ ਵਿੱਚ ਜਿਹੜੇ ਵਲਾਇਤੀ ਆ ਜਾਂਦੇ ਨੇ ਸਪੀਕਰ ਉਹ ਵਾਲੇ ਪਾਇਨੀਅਰ ਵਾਲਿਆਂ ਦੇ ਉਹ ਵੀ ਪਏ ਨੇ ਤੁਹਾਡੇ ਕੋਲ ਭਾਜਾ ਨੇ ਇਹ ਸਾਰੇ ਸਭ ਚਾਈਨਾ ਹੁੰਦਾ ਵਾ ਇਹ JBL ਵੀ ਹੈ ਸਾਡੇ ਕੋਲ ਸਭ ਉਫਰ JBL ਦਾ ਵੀ ਹੈ ਪਾਇਨੀਅਰ ਦਾ ਵੀ ਹੈ ਇਨਫਿਨਿਟੀ ਕੰਪਨੀ ਸਾਰੇ ਹੈਗੇ ਇਹ ਸਾਰੇ ਭਾਜਨ ਚਾਈਨਾ ਹੁੰਦੇ ਆ ਤੇ ਅਲਹਮਦੁਲਿਲਾ ਅਸੀਂ ਸੱਚ ਬੋਲ ਕੇ ਦਿਆਂਗੇ ਕਿ ਚਾਈਨਾ ਵਾ ਸਾਡੇ ਕੋਲ ਝੂਠ ਨਹੀਂ ਬੋਲਿਆ ਜਾਂਦਾ ਕਿ ਭਾਜਨ ਇਹ ਜੈਪਨੀਜ਼ ਆ ਜਾਂ ਨਹੀਂ ਸਭ ਚਾਈਨਾ ਵਾ ਤੇ ਬਿਹਤਰੀਨ ਚਾਈਨਾ ਦੇ ਵਿੱਚ ਸਭ ਤੋਂ ਜਿਹੜੀ ਅੱਛੀ ਕੁਆਲਿਟੀ ਨਾਲ ਅਲਹਮਦੁਲਿਲਾ ਅਸੀਂ ਉਹ ਇਸਤੇਮਾਲ ਕਰ ਰਹੇ ਹਾਂ ਅੱਛਾ ਜੀ ਮਜ਼ੀਦ ਆ ਤੁਹਾਨੂੰ ਪਤਾ ਅੱਜ ਕੱਲ੍ਹ ਸੰਧੂ ਮੂਸੇਵਾਲੇ ਦੇ ਕਾਫੀ ਕਰੰਡ ਹੈ ਪਾਕਿਸਤਾਨ ਦੇ ਵਿੱਚ ਹਾਂਜੀ ਉਹ ਜਿਹੜੇ ਵੱਡੇ ਲੰਬਾਈ ਬੇਸ ਬਣਦੇ ਨੇ ਬੂਫਰ ਹਾਂਜੀ ਉਹ ਵੀ ਬਣਾਈਦੇ ਆ ਉਹ ਅਸੀਂ ਈਦ ਤੋਂ ਦੋ ਦਿਨ ਪਹਿਲੇ ਭੇਜਿਆ ਸਿਆਲਕੋਟ ਇੱਕ ਦੋਸਤ ਨੂੰ ਉਹਦੇ ਵਿੱਚ ਭਾਜਨ ਦੋ ਸਬਵੂਫਰ ਲਗਾਇਆ ਪਾਇਨੀਅਰ ਦੇ ਨਾਲ ਚਾਰ ਸਪੀਕਰ 10 ਇੰਚ ਦੇ ਸੇਵੇ ਕੰਪਨੀ ਦੇ ਲਗਾਇਆ ਡਬਲ ਐਂਪਲੀਫਾਇਰ ਦੇ ਨਾਲ ਉਹ 80,000 ਰੁਪਏ ਦਾ ਸੈਟ ਅਸੀਂ ਸੇਲ ਕੀਤਾ ਉਹ ਯਾਨੀ ਕਿ ਫੁੱਲ ਸਪੈਸ਼ਲ ਇੰਡੀਅਨ ਸਟਾਈਲ ਦੀ ਕਾਪੀ ਉਹਦੇ ਵਿੱਚ ਹਾਂ ਅੱਛਾ 80,000 ਰੁਪਏ ਦੇ ਵਿੱਚ ਹੋ ਜਾਣਗੇ ਹਾਂਜੀ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਛੱਤ ਕਾਫੀ ਜ਼ਿਆਦਾ ਮਸ਼ਹੂਰ ਹੈ ਉਹ ਜਿਹੜੀ ਇੰਡੀਅਨ ਮਾਡਲ ਹੈ ਹਾਂਜੀ ਯੂ ਦੇ ਵਿੱਚ ਫਿੱਟ ਕਰ ਜਾਂਦਾ ਕੋਈ ਨਾ ਉਹ ਵੀ ਹਾਂਜੀ ਭਾਜਨ ਇਹ ਯੂ ਦੇ ਵਿੱਚ ਫਿਟਿੰਗ ਹੁੰਦੀ ਆ ਇਹ ਯੂ ਦੇ ਪਿੱਛੇ ਦਾ ਫਰੇਮ ਬਣਦਾ ਉਹਦੇ ਨਾਲ ਫਿੱਟ ਹੋ ਜਾਂਦਾ ਵਾ ਇੱਥੇ ਸਾਡੇ ਕੋਲ ਛੱਤ ਵੀ ਮਿਲ ਜਾਏਗੀ ਜੜਾਂ ਵਾਲੇ 'ਚੋਂ ਵੀ ਬਾਈ ਰਿਆਜ਼ ਤੋਂ ਬਾਅਦ ਹੁਣ ਜੜਾਂ 'ਚ ਵੀ ਅਲਹਮਦੁਲਿਲਾ ਉਹਨਾਂ ਦੀ ਕਰਮ ਨਵਾਜ਼ੀ ਨਾਲ ਅੱਲਾਹ ਪਾਕ ਨੇ ਕਰਮ ਕੀਤਾ ਵਾ ਤੇ ਛੱਤ ਜੜਾਂ 'ਚ ਵੀ ਤਿਆਰ ਹੋ ਜਾਂਦੀ ਆ ਅੱਛਾ ਜੀ ਹਾਂਜੀ ਠੀਕ ਹੋ ਗਿਆ ਤੇ ਬਾਕੀ ਮਜ਼ੀਦ ਇਹ ਦੱਸੋ ਤੁਹਾਨੂੰ ਟੇਪਾਂ ਵੀ ਦੋ ਵੈਰਾਈਟੀਆਂ ਆ ਜਾਂਦੀਆਂ ਨੇ ਤੁਸੀਂ ਕਿਹੜੀ ਕਿਹੜੀ ਟੇਪ ਤਿਆਰ ਕਰਦੇ ਪਏ ਅਸੀਂ ਭਾਜਨ ਫੁੱਲ ਸਪੈਸ਼ਲੀ ਕਰੀ ਦੀ ਹਲਕੀ ਤੇ ਦੇਈ ਦੀ ਨਹੀਂ ਕਸਟਮਰ ਨੂੰ ਕਿਉਂਕਿ ਸਾਡੇ ਆਨਲਾਈਨ ਕਸਟਮਰ ਦੂਰ ਦੇ ਹੈਗੇ ਆ ਠੀਕ ਆ ਤੇ ਕੋਸ਼ਿਸ਼ ਕਰੀ ਦੀ ਕਿ ਅੱਛੀ ਤੋਂ ਅੱਛੀ ਚੀਜ਼ ਭੇਜੀਏ ਕਿਉਂਕਿ ਹਲਕੀ ਭੇਜਾਂਗੇ ਤੇ ਸਾਡੀ ਵੀ ਬਦਨਾਮੀ ਹੈ ਤੇ ਅੱਗੇ ਕਸਟਮਰ ਵੀ ਜਿਹੜਾ ਡਿਸਟਰਬ ਹੋਏਗਾ ਤੇ ਅਸੀਂ ਅਲਹਮਦੁਲਿਲਾ ਤਰਜੀਹ ਦੇਈ ਦੀ ਕਿ ਅੱਛਾ ਮਾਲ ਦੇਈਏ ਕਸਟਮਰ ਨੂੰ ਆ ਜਿਹੜੇ ਪਏ ਨੇ ਆ ਪਾਇਨ ਦੇ ਸਪੀਕਰ ਹਾਂਜੀ ਇਹ ਵੀ ਵਿੱਚ ਫਿੱਟ ਕਰ ਦਿੰਦੇ ਹਾਂਜੀ ਇਹ ਵੀ ਕੋਈ ਯਾਨੀ ਕਿ ਡਿਮਾਂਡ ਕਰੇ ਤੇ ਕਰਕੇ ਦੇਈਦਾ ਵਾ ਜ਼ਿਆਦਾਤਰ ਸਾਡੀ ਤਰਜੀਹ ਹੁੰਦੀ ਹੈ ਕਿ ਅਸੀਂ 10 ਇੰਚ ਦੇ ਜਾਂ 12 ਇੰਚ ਦੇ ਗੋਲ ਸਪੀਕਰ ਲਗਾ ਕੇ ਦਈਏ ਕਿਉਂਕਿ ਇਹਨਾਂ ਦੀ ਸਾਊਂਡ ਕੁਆਲਿਟੀ ਬਹੁਤ ਬਿਹਤਰ ਆ ਅੱਛਾ ਇਹਨਾਂ ਨਾਲੋਂ ਵੀ ਬਿਹਤਰ ਹੈ ਜਿਹੜੇ ਹਾਂਜੀ ਇਹਨਾਂ ਨਾਲੋਂ ਬਿਹਤਰ ਆ ਇਹ ਕਿੰਨੇ ਇੰਚ ਚ ਆ ਜਾਂਦੇ ਆ ਇਹ ਭਾਜਨ 6x9 ਦੇ ਬੂਫਰ ਹੁੰਦੇ ਆ ਜਿਹਦਾ ਆਂਡਾ ਸ਼ੇਪ ਹੁੰਦੇ ਹਾਂ ਆਂਡਾ ਸੀ ਛੋਟੇ ਸਪੀਕਰ ਆ ਲੱਗਦੇ ਹਾਂਜੀ ਇਹ ਟਰੈਕਟਰ ਦੇ ਸਾਈਡਾਂ ਤੇ ਲੱਗਦੇ ਛੋਟੇ ਸਪੀਕਰ ਇਹ ਮਟਕਾੜ ਕੱਢੋ ਇਹਨਾਂ ਨੂੰ ਇਹ 8 ਇੰਚ ਵਾਲੇ ਸਪੀਕਰ ਆ ਭਾਜਨ ਹਾਂ ਠੀਕ ਆ ਇਹ ਮਟਕਾੜਾਂ ਤੇ ਲੱਗਦੇ ਇੱਕ ਸੱਜੀ ਸਾਈਡ ਤੇ ਖੱਬੀ ਸਾਈਡ ਤੇ ਇਹਦੇ ਨਾਲ ਆ ਫੁੱਲ ਸਪੈਸ਼ਲ ਟੇਪ ਆ ਇਹ ਮੁਕੰਮਲ ਸੈੱਟ ਜਿਹੜਾ ਵਾ ਇਹ 14,000 ਦਾ ਮਿਲੇਗਾ 14,000 ਚ ਹਾਂਜੀ ਤੇ ਇਹ 12 ਇੰਚ ਦੇ ਦੋ ਸਪੀਕਰ ਲਗਾ ਕੇ ਵਾਟਰਪ੍ਰੂਫ ਬੈਫਲ ਆ ਇਹਦੇ ਅੱਗੇ ਪੱਲਾ ਵੀ ਆ ਜਾਂਦਾ ਕਿ ਇਹ ਪਾਣੀ ਤੋਂ ਮਹਿਫੂਜ਼ ਰਹਿੰਦੇ ਸਪੀਕਰ ਇਹਦੇ ਨਾਲ ਟੇਪ ਲਾ ਕੇ ਇਹ ਸੈੱਟ ਹੈਗਾ ਭਾਜਨ 25,000 ਰੁਪਏ ਦਾ 25,000 ਰੁਪਏ ਹਾਂਜੀ ਠੀਕ ਹੈ ਤੇ ਇਹ ਵਾਲਾ ਸੈੱਟ ਕਿੰਨੇ ਦਾ ਦੱਸੋ ਇਹ ਭਾਜਨ 60,000 ਰੁਪਏ ਦਾ ਮੁਕੰਮਲ ਇੱਕ ਨੰਬਰ ਮਾਲ ਲਾ ਕੇ ਇਹਦੀ ਤੁਹਾਨੂੰ ਸਾਊਂਡ ਕੁਆਲਿਟੀ ਵੀ ਚੈੱਕ ਕਰਵਾ ਦਿੰਨੇ ਨਹੀਂ ਨਹੀਂ ਸਾਊਂਡ ਅਸੀਂ ਤੇ ਵੀਡੀਓ ਜਿੱਦ ਨਹੀਂ ਤਾਂ ਚਲਾ ਸਕਦੇ ਅੱਛਾ ਅੱਛਾ ਠੀਕ ਨਾ ਇਹ ਕਾਪੀਰਾਈਟ ਦਾ ਇਸ਼ੂ ਆ ਜਾਂਦਾ ਬਾਕੀ ਵੇਖਣ ਜੀ ਨਜ਼ਰ ਆ ਰਿਹਾ ਜੀ ਪੂਰਾ ਹੈਵੀ ਕੰਮ ਹੈ ਅੱਛਾ ਆ ਵਿੱਚ ਖਾਲੀ ਜਗ੍ਹਾ ਛੱਡੀ ਇਹ ਬੇਸਰ ਇਹ ਭਾਜਨ ਇਹ ਬੇਸਰ ਦੀ ਹਵਾ ਵਾਸਤੇ ਹੁੰਦੀ ਹੈ ਯਾਨੀ ਕਿ ਜਦੋਂ ਬੇਸਰ ਨੇ ਵਰਕ ਕਰਨਾ ਨਾ ਇਥੋਂ ਯਾਨੀ ਕਿ ਆਪਣੀ ਉਹ ਹਵਾ ਜਿਹੜੀ ਆ ਉਹ ਬਾਹਰ ਨਿਕਲਦੀ ਆ ਅਗਦਾਸਟ ਇਹ ਜਿਹੜਾ ਐਂਪਲੀਫਾਇਰ ਦੇ ਰਹੇ ਹੋ ਨਾਲ ਹਾਂਜੀ ਇਹਦੀ ਕੋਈ ਵਾਰੰਟੀ ਵੁੰਟੀ ਵੀ ਹੁੰਦੀ ਕੋਈ ਖਰਾਬ ਇਹ ਭਾਜਨ ਖਰਾਬ ਹੁੰਦੀ ਦੀ ਵਾਰੰਟੀ ਨਹੀਂ ਹੁੰਦੀ ਅਸਲ ਆਡੀਓ ਬੂਸ ਦਾ ਓਰੀਜਨਲ ਐਂਪਲੀਫਾਇਰ ਹੁੰਦਾ ਵਾ ਠੀਕ ਆ ਉਸ ਤੋਂ ਬਾਅਦ ਇਹਦੇ ਵਿੱਚ ਅਲਹਮਦੁਲਿਲਾ ਕੋਈ ਸਾਨੂੰ ਇਸ਼ੂ ਨਹੀਂ ਆਇਆ ਕਲੇਮ ਨਹੀਂ ਆਇਆ ਕਾਫੀ ਦੇਰ ਤੋਂ ਲਗਾ ਰਹੇ ਹਾਂ ਇਹ ਸਿਰਫ ਕਸਟਮਰ ਨੇ ਇਤਿਆਤ ਕਰਨੀ ਆ ਕਿ ਜਦੋਂ ਸਾਊਂਡ ਸਿਸਟਮ ਚੱਲਦਾ ਹੋਵੇ ਟਰੈਕਟਰ ਨੂੰ ਸੈਲਫ ਸਟਾਰਟ ਨਹੀਂ ਕਰਨਾ ਅੱਛਾ ਜੀ ਹਾਂਜੀ ਕਿਉਂਕਿ ਜਦੋਂ ਟਰੈਕਟਰ ਨੂੰ ਸੈਲਫ ਸਟਾਰਟ ਕਰਨਗੇ ਉਦੋਂ ਖਰਾਬ ਹੋਣਾ ਤੇ ਬਾਕੀ ਅਲਹਮਦੁਲਿਲਾ ਸਾਨੂੰ ਤਕਰੀਬਨ 2 ਸਾਲ ਹੋ ਗਏ ਐਂਪਲੀਫਾਇਰ ਵਗੈਰਾ ਇਸਤੇਮਾਲ ਕਰਦੇ ਆ ਸਾਨੂੰ ਅੱਜ ਅਲਹਮਦੁਲਿਲਾ ਕੋਈ ਕਲੇਮ ਨਹੀਂ ਆਇਆ ਇਹਦੇ ਵਿੱਚ ਗੱਲ ਪਤਾ ਕਿ ਜਿਹੜਾ ਤੁਸੀਂ ਕੰਮ ਕਰਦੇ ਪਏ ਇਹ ਤੇ ਕਿਸੇ ਵੀਆਈਪੀ ਕੰਮ ਤੇ ਕਾਰਾਂ 'ਚ ਤੇ ਲੱਗਣਾ ਕਿ ਨਹੀਂ ਟਰੈਕਟਰਾਂ ਦੇ ਵਿੱਚ ਹਾਂਜੀ ਟਰੈਕਟਰਾਂ ਤੁਹਾਨੂੰ ਪਤਾ ਮੀਂਹ 'ਚ ਵੀ ਚੱਲਦੇ ਨੇ ਕਦੂਆਂ 'ਚ ਚੱਲਣੇ ਨੇ ਉੱਥੇ ਨਹੀਂ ਕੋਈ ਪਾਣੀ ਪੂਣੀ ਪੈ ਜਾਂਦਾ ਉਹਦਾ ਕੀ ਹਾਂਜੀ ਇਹੀ ਅਸੀਂ ਇਸੇ ਵਜ੍ਹਾ ਤੋਂ ਅਸੀਂ ਇਹ ਬੈਫਲ ਵੀ ਵਾਟਰਪ੍ਰੂਫ ਬਣਾਈ ਦੀ ਆ ਆ ਸਾਡਾ ਸਬ ਉਫਰ ਵੀ ਵਾਟਰਪ੍ਰੂਫ ਆ ਅਰੇ ਦੁਬਾਰਾ ਦੱਸੋ ਭਾਈ ਮੈਂ ਕਿਹਾ ਭਾਈ ਨੇ ਇਹ ਬੈਫਲ ਸਾਡੀ ਫੁੱਲ ਵਾਟਰਪ੍ਰੂਫ ਆ ਅਗਰ ਖੁਦਾ ਨਾ ਖਾਸਤਾ ਪਾਣੀ ਪੈ ਵੀ ਜਾਂਦਾ ਐਂਪਲੀਫਾਇਰ ਵਗੈਰਾ 'ਚ ਤੇ ਤੁਸੀਂ ਇਹਨੂੰ 2 ਤੋਂ 3 ਘੰਟੇ ਰੈਸਟ ਦੇਣੀ ਚਲਾਉਣਾ ਨਹੀਂ ਹੈ ਉਸ ਤੋਂ ਬਾਅਦ ਚਲਾਓਗੇ ਇਨਸ਼ਾਅੱਲਾ ਬਿਹਤਰੀਨ ਚੱਲੇਗਾ ਕੋਈ ਇਹਦੇ 'ਚ ਮਸਲਾ ਨਹੀਂ ਆਏਗਾ ਅੱਛਾ
ਮਤਲਬ ਇਹ ਸਪੀਕਰ ਵਗੈਰਾ ਵੀ ਗਿੱਲੇ ਹੋ ਜਾਂਦੇ ਨੇ, ਪਾਣੀ ਪੂਣੀ ਪੈ ਜਾਂਦਾ ਹੈ? ਹਾਂਜੀ, ਇਹ ਸਬ ਵੂਫਰ ਤੇ ਵਾਟਰ ਪ੍ਰੂਫ ਆ, ਪਲਾਸਟਿਕ ਕੋਨ ਆ, ਠੀਕ ਹੈ। ਸਪੀਕਰਾਂ ਦਾ ਕਾਗਜ਼ ਹੁੰਦਾ ਵਾ, ਲੇਕਿਨ ਅਗਰ ਪਾਣੀ ਪੈ ਜਾਵੇ ਤੇ ਇਹਨੂੰ ਤੁਸੀਂ 2-3 ਘੰਟੇ ਰੈਸਟ ਦੇਣੀ ਆ, ਉਸ ਤੋਂ ਬਾਅਦ ਚਲਾਉਣਾ ਵਾ। ਹਾਂ, ਮਤਲਬ ਓਕੇ ਹੋ ਜਾਏਗਾ ਕੰਮ? ਹਾਂਜੀ, ਠੀਕ ਹੋ ਗਿਆ। ਇਹਦਾ ਇੱਕ ਵਾਰ ਦੁਬਾਰਾ ਦੱਸ ਦਿਓ ਜੀ, ਕੀ ਕੀਮਤ ਦੱਸੀ ਜੀ? ਇਹ ਭਾਅ ਜਾਨ 60,000 ਰੁਪਏ ਦਾ ਮੁਕੰਮਲ 1 ਨੰਬਰ ਸਮਾਨ ਲਗਾ ਕੇ ਸੈੱਟ ਆ, ਜੋ ਤੁਹਾਨੂੰ ਦਿਖਾਇਆ ਸਮਾਨ ਇਨਸ਼ਾਅੱਲਾ ਉਹੀ ਲੱਗੇਗਾ। ਸਾਡੀ ਇਹ ਲਾਈਫ ਟਾਈਮ ਤੱਕ ਗਰੰਟੀ ਹੈ ਕਿ ਚੀਜ਼ 1 ਨੰਬਰ ਲਾ ਕੇ ਦੇਵਾਂਗੇ। ਤੇ ਜਿਹੜਾ ਇਹ ਤੋਂ ਛੋਟਾ ਆ ਜਾਂਦਾ, ਇਹ ਤੋਂ ਛੋਟਾ ਮਾਡਲ ਇਹ ਬੁਫਰ ਲਾ ਗਿਆ ਸੀ, ਇਹਦੇ ਤੋਂ ਛੋਟਾ ਜਿਹੜਾ ਵਾ ਉਹਦੇ ਵਿੱਚ ਭਾਅ ਜਾਨ ਸਬ ਵੂਫਰ ਇਹੀ ਲੱਗੇਗਾ, ਐਂਪਲੀਫਾਇਰ ਵੀ ਇਹੀ, ਨਾਲ ਟੇਪ। ਆਹ 10 ਇੰਚ ਦਾ ਸਪੀਕਰ ਲੱਗੇਗਾ, ਓਰੀਜਨਲ ਸੇਵੇ ਕੰਪਨੀ ਦਾ, ਇਹਦੇ ਵਿੱਚ 12 ਇੰਚ ਆ, ਲੇਕਿਨ 10 ਇੰਚ ਲਗਾ ਕੇ 55,000 ਦਾ ਸੈੱਟ ਮਿਲੇਗਾ, ਫੁੱਲ ਸਪੈਸ਼ਲ ਕੁਆਲਿਟੀ ਵਾਲਾ, ਠੀਕ ਹੋ ਗਿਆ। ਤੇ ਸਮਾਂ ਭਾਈ ਮਜ਼ੀਦ ਆਪਣਾ ਰਾਬਤਾ ਨੰਬਰ ਐਡਰੈਸ ਵਗੈਰਾ ਸ਼ੇਅਰ ਕਰ ਦਿਓ ਜੀ। ਭਾਅ ਜਾਨ ਫੋਨ ਨੰਬਰ ਮੇਰਾ ਹੈਗਾ ਜੀ 0304-1567-240, 0346-5254-240। ਉਸਾਮਾ ਇਲੈਕਟ੍ਰੋਨਿਕਸ ਮੇਰੀ ਦੁਕਾਨ ਦਾ ਨਾਮ ਆ, 240 ਮੋੜ ਜੜਾਂ ਵਾਲਾ ਮੇਨ ਲਾਹੌਰ ਰੋਡ 'ਤੇ ਦੁਕਾਨ ਹੈਗੀ ਮੇਰੀ। ਠੀਕ ਹੋ ਗਏ ਭਾਅ ਜੀ, ਓਕੇ ਜੀ।